ਦੇਸ਼ ਨੂੰ ਤਰੱਕੀ, ਖੁਸ਼ਹਾਲੀ ਤੇ ਵਿਕਾਸ ਦੀਆਂ ਲੀਹਾਂ ਤੇ ਲਿਜਾਣ ਲਈ ਅਤੇ ਅਮਨ ਦੀ ਬਹਾਲੀ ਲਈ ਮਜ਼ਬੂਤ ਪ੍ਰਧਾਨ ਮੰਤਰੀ ਦੀ ਲੋੜ ਹੈ, ਜੋ ਸਿਰਫ ਮੋਦੀ ਹੀ ਯੋਗ ਸ਼ਖਸੀਅਤ ਹਨ। ਇਹ ਗੱਲ ਕਰਦਿਆਂ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਪਣੇ 2 ਸਾਲ ਦੇ ਕਾਰਜਕਾਲ ਦੌਰਾਨ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 2 ਸਾਲ ਵਿੱਚ ਅਧਿਆਪਕਾਂ, ਨਰਸਾਂ ਅਤੇ ਕਿਸਾਨ ਜਥੇਬੰਦੀਆਂ ਤੇ ਤਸ਼ੱਦਦ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ, ਜਿਸ ਕਾਰਨ ਲੋਕਾਂ ਦਾ ਮੋਹ ਕਾਂਗਰਸ ਤੋਂ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵਾਅਦਾ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਫਤਵਾ ਦੇਣਗੇ। ਅੱਜ ਪਿੰਡ ਚੱਕਰਾਂ ਦੇ ਵਿੱਚ ਅਸੀਂ ਜਿੱਥੇ ਗਲੀਆਂ ਦਾ ਉਦਘਾਟਨ ਬੀਬੀ ਸਤਵੰਤ ਕੌਰ ਸੰਧੂ ਜੀ ਸਾਡੇ ਮੋਹਨ ਸਿੰਘ ਸੰਧੂ ਜੀ ਦੀ ਅਗਵਾਈ ਦੇ ਵਿੱਚ ਕਰਨ ਆਏ ਸੀ। ਉੱਥੇ ਪਿੰਡ ਦੀ ਮੰਗ ਸੀ ਜੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਜ ਸਾਹਿਬ ਨੂੰ ਲੋਕਾਂ ਨੇ ਕੀਤੀ ਸੀ, ਉਹਨਾਂ ਨੂੰ ਪੂਰਾ ਕਰਨਾ ਅਤੇ ਲੋਕ ਸਮਰਪਿਤ ਕਰਨ ਆਏ ਸੀ। ਅਤੇ ਹੋਰ ਵੀ ਅੱਜ ਬੜੀ ਖੁਸ਼ੀ ਹੋਈ ਜਿੱਥੇ ਲੋਕਾਂ ਨੇ ਭਾਰੀ ਉਤਸ਼ਾਹ ਉਹ ਕੀਤਾ, ਉੱਥੇ ਵਿਸ਼ਵਾਸ ਵੀ ਦਿਆ ਕਿ ਆਉਣ ਵਾਲੀ ਲੋਕ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਫਤਵਾ ਦੇ ਕੇ ਪ੍ਰੋਫੈਸਰ ਚੰਦੂ ਮਹਾਰਾਜ ਸਾਹਿਬ ਨੂੰ ਤਾਂ ਕੇ ਭੇਜਾਂਗੇ। ਅਸੀਂ ਆਪਣੀ 5 ਸਾਲਾਂ ਦੀ ਕਾਰਗੁਜ਼ਾਰੀ ਵੀ ਲੋਕਾਂ ਦੇ ਸਾਹਮਣੇ ਰੱਖੀ ਅਤੇ ਲੋਕਾਂ ਨੇ ਅਤੇ ਇਸ ਗੱਲ ਦਾ ਮਾਣ ਵੀ ਕੀਤਾ ਕਿ ਜੋ 543 ਮੈਂਬਰ ਪਾਰਲੀਮੈਂਟ ਵਿੱਚੋਂ 5ਵੇਂ ਟੌਪ ਦੇ MPਾਂ ਦੇ ਵਿੱਚੋਂ ਨਾਮ ਆਇਆ, ਉਹਨੇ ਜਿੱਥੇ ਮਾਣ ਇਲਾਕੇ ਦਾ ਵਧਾਇਆ, ਉੱਥੇ ਸਮੁੱਚੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਇਹ ਮਾਣ ਖੱਟ ਕੇ